ਬੱਚੇ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਈਵਨਿੰਗ ਟੂ ਆਲ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ MSW ਸਟੱਡੀ ਦੇ ਵਿੱਚ ਮੈਂ ਮਨਪ੍ਰੀਤ ਕੌਰ ਹਾਰਦਿਕ ਸਵਾਗਤ ਕਰਦੀ ਹਾਂ। ਸੋ ਬੇਟਾ, ਸਾਡੀ ਜਿਹੜੀ ਡੇਲੀ ਕਲਾਸ ਹੁੰਦੀ ਸ਼ਾਮ ਨੂੰ 5 ਵਜੇ ਹੁੰਦੀ ਹੈ ਨਾ, ਮਾਡਰਨ ਹਿਸਟਰੀ ਮੱਧਕਾਲੀਨ ਭਾਰਤ ਦਾ ਇਤਿਹਾਸ ਅਸੀਂ ਕਰ ਰਹੇ ਹਾਂ, ਮਿਡਲ ਹਿਸਟਰੀ ਕਰ ਰਹੇ ਹਾਂ। ਔਰ ਬੇਟਾ, ਨੈਟਵਰਕ ਇਸ਼ੂ ਕਰਕੇ ਕਈ ਵਾਰੀ ਜਿਹੜੀ ਕਲਾਸ ਹੈ 10-15 ਮਿੰਟ ਜਾਂ ਵੱਧ ਤੋਂ ਵੱਧ ਅੱਧਾ ਘੰਟਾ ਲੇਟ ਹੋ ਜਾਂਦੀ ਹੈ, ਤਾਂ ਪਰ ਤੁਸੀਂ ਇਹ ਨਹੀਂ ਸੋਚਣਾ ਕਿ ਅੱਜ ਕਲਾਸ ਨਹੀਂ ਲੱਗੇਗੀ, ਕਲਾਸ ਤੁਹਾਡੀ ਡੇਲੀ ਹੀ ਲੱਗਿਆ ਕਰੇਗੀ। ਪਰ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਨੂੰ ਪੂਰੇ ਟਾਈਮ 'ਤੇ ਕਲਾਸ ਪਹੁੰਚੇ ਤੁਹਾਡੇ ਤੱਕ। ਪਰ ਕਈ ਵਾਰੀ ਕੀ ਹੁੰਦਾ, ਨੈਟਵਰਕ ਇਸ਼ੂ ਕਰਕੇ ਕਈ ਜਗ੍ਹਾ 'ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਨੈਟਵਰਕ ਆ ਉਹ ਬੰਦ ਕੀਤੇ ਹੋਏ, ਨੈੱਟ ਬੰਦ ਕੀਤਾ ਹੋਇਆ, ਜਿਹਦੇ ਕਰਕੇ ਕਲਾਸ ਜਿਹੜੀ ਆ ਲੇਟ ਹੋ ਜਾਂਦੀ ਹੈ। ਸੋ ਬੇਟਾ, ਤੁਸੀਂ ਕੀ ਕਰਨਾ, ਅਗਰ ਕੋਈ ਕਈ ਵਾਰੀ ਕਲਾਸ ਲੇਟ ਹੋ ਗਈ ਜਾਂ ਕਲਾਸ ਨਹੀਂ ਲੱਗੀ, ਤੁਹਾਨੂੰ ਜੋ ਕਲਾਸ ਵਿੱਚ ਪਿਛਲਾ ਕਰਵਾਇਆ ਗਿਆ ਨਾ ਬੇਟਾ, ਤੁਸੀਂ ਉਹ ਜ਼ਰੂਰ ਰੀਡ ਕਰ ਲਿਆ ਕਰਨਾ, ਠੀਕ ਹੈ। ਸੋ ਅੱਜ ਦੀ ਕਲਾਸ ਵਿੱਚ ਅਸੀਂ ਬੇਟਾ ਪੜ੍ਹਾਂਗੇ ਕਿ ਅਕਬਰ ਤੋਂ ਬਾਅਦ ਜਿਹੜਾ ਮੁਗਲ ਸੁਲਤਾਨ ਬਣਿਆ ਉਹ ਕੌਣ ਸੀ, ਕਿਹੋ ਜਿਹਾ ਸੀ, ਕਿਹੜੀਆਂ ਕਿਹੜੀਆਂ ਉਹਨੇ ਜਿੱਤਾਂ ਪ੍ਰਾਪਤ ਕੀਤੀਆਂ। ਸੋ ਅੱਜ ਦੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਅਸੀਂ ਨਿਗਾਹ ਮਾਰ ਲੈਂਦੇ ਪਿੱਛੇ ਅਸੀਂ ਕੀ ਕੀਤਾ। ਹੁਣ ਅਸੀਂ ਮੁਗਲ ਸਾਮਰਾਜ ਬਾਰੇ ਪੜ੍ਹ ਰਹੇ ਸੀ, ਹੈ ਨਾ। ਭਾਰਤ ਵਿੱਚ ਪਹਿਲਾ ਮੁਗਲ ਸ਼ਾਸਕ ਕੌਣ ਸੀ, ਬਾਬਰ, ਠੀਕ ਹੈ। ਬਾਬਰ ਨੇ ਪਾਣੀਪਤ ਦੀ ਲੜਾਈ ਕਰਕੇ ਇਬਰਾਹਿਮ ਲੋਧੀ ਨੂੰ ਹਰਾ ਕੇ ਆਪਣਾ ਜਿਹੜਾ ਮੁਗਲ ਰਾਜ ਸਥਾਪਿਤ ਕੀਤਾ ਸੀ ਭਾਰਤ ਦੇ ਵਿੱਚ। ਬਾਬਰ ਤੋਂ ਬਾਅਦ ਉਸਦਾ ਜਿਹੜਾ ਪੁੱਤਰ ਹੈ ਹੁਮਾਂਜੂ, ਉਹ ਬੈਠਦਾ ਹੈ ਰਾਜਗੱਦੀ ਉੱਤੇ। ਹੁਮਾਂਜੂ ਦੋ ਵਾਰੀ ਬੈਠਦਾ ਹੈ, ਵੀ ਅਸੀਂ ਕਰ ਚੁੱਕੇ ਹਾਂ ਨਾ, ਡੀਪਲੀ ਕਰ ਚੁੱਕੇ ਹਾਂ। ਹੁਮਾਂਜੂ ਤੋਂ ਬਾਅਦ ਕੌਣ ਬੈਠਾ ਸੀ, ਅਕਬਰ। ਅਕਬਰ ਅਸੀਂ ਪੜ੍ਹਿਆ, ਠੀਕ ਹੈ, ਅਕਬਰ ਪੜ੍ਹਿਆ। ਇਹਦੇ ਵਿੱਚ ਅਸੀਂ ਅਕਬਰ ਦਾ ਸ਼ਾਸਨ ਪ੍ਰਬੰਧ ਵੀ ਪੜ੍ਹਿਆ ਕਿ ਇਸਨੇ ਆਪਣਾ ਸ਼ਾਸਨ ਪ੍ਰਬੰਧ ਬੜਾ ਵਧੀਆ ਰੱਖਿਆ ਹੋਇਆ ਸੀ। ਲਗਾਨ ਮੰਤਰੀ ਸੀਗਾ ਇਹਦਾ ਟੋਡਰਮੱਲ, ਔਰ ਇਹਨੇ 15 ਪ੍ਰਾਂਤਾਂ ਜਾਂ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਆਪਣੇ ਪੂਰੇ ਸ਼ਾਸਨ ਨੂੰ, ਪ੍ਰਸ਼ਾਸਨ ਨੂੰ, ਹੈ ਨਾ। ਸੋ ਅੱਜ ਅਸੀਂ ਕਰਦੇ ਹਾਂ ਨੈਕਸਟ ਕੁਐਸਚਨ। ਦੇਖੋ, ਪਹਿਲਾਂ ਅਕਬਰ ਬਾਦਸ਼ਾਹ ਦੇ ਰਾਜਕਾਲ ਦੌਰਾਨ ਮਨਸਬਦਾਰਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ। ਹੁਣ ਮਨਸਬਦਾਰ ਕੌਣ ਹੁੰਦੇ ਸੀ ਬੇਟਾ? ਮਨਸਬ ਸ਼ਬਦ ਹੈ ਪਦਵੀਆਂ ਜਾਂ ਅਹੁਦੇ 'ਤੇ ਜਿਹੜੇ ਹੁੰਦੇ ਸੀ, ਰਹਿੰਦੇ ਸੀਗੇ, ਕਰਮਚਾਰੀ ਜਾਂ ਅਧਿਕਾਰੀ ਹੁੰਦੇ ਸੀ, ਉਹਨਾਂ ਨੂੰ ਮਨਸਬਦਾਰ ਕਿਹਾ ਜਾਂਦਾ ਸੀ। ਇਹ ਮਨਸਬਦਾਰ ਕੀ ਸੈਨਿਕ, ਮੀਨਜ਼ ਕਿ ਸੈਨਾ ਵਿੱਚ ਵੀ ਹੁੰਦੇ ਸੀ ਅਤੇ ਸਿਵਲ ਵਿੱਚ ਵੀ ਹੁੰਦੇ ਸੀ। ਸੈਨਿਕ ਵੀ ਹੁੰਦੇ ਸੀ ਔਰ ਸਿਵਲ ਵੀ ਇਹਨਾਂ ਦੇ ਅੰਡਰ ਆਉਂਦੇ ਹੁੰਦੇ ਸੀ, ਸਿਵਲ ਕੰਮ ਵੀ ਇਹਨਾਂ ਦੇ ਅੰਡਰ ਆਉਂਦੇ ਹੁੰਦੇ ਸੀ ਮਨਸਬਦਾਰਾਂ ਦੇ। ਹੁਣ ਸਾਡੇ ਕੋਲ ਕੁਐਸਚਨ ਹੈ ਕਿ ਅਕਬਰ ਦੇ ਰਾਜਕਾਲ ਦੇ ਸਮੇਂ ਮਨਸਬਦਾਰਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ, 13, 33, 23 ਅਤੇ 11? ਬੇਟਾ, ਅਕਬਰ ਬਾਦਸ਼ਾਹ ਦੇ ਰਾਜਕਾਲ ਦੌਰਾਨ 33 ਮਨਸਬਦਾਰਾਂ ਦੀਆਂ ਸ਼੍ਰੇਣੀਆਂ ਸੀ। ਆਪਸ਼ਨ ਜਿਹੜੀ ਬੀ ਔਰ ਰਾਈਟ ਹੈ, ਲਿਖ ਲਓ ਬੇਟਾ, ਨੋਟ ਕਰ ਲਓ। ਅਕਬਰ ਬਾਦਸ਼ਾਹ ਦੇ ਰਾਜਕਾਲ ਦੌਰਾਨ ਮਨਸਬਦਾਰਾਂ ਦੀਆਂ 33 ਸ਼੍ਰੇਣੀਆਂ ਸਨ, 33। ਓਕੇ, ਨੈਕਸਟ ਦੇਖੋ, ਸਭ ਤੋਂ ਛੋਟੇ ਮਨਸਬਦਾਰਾਂ ਦੇ ਅਧੀਨ ਕਿੰਨੇ ਸਿਪਾਹੀ, ਤੁਹਾਨੂੰ ਆਂਸਰ ਪਹਿਲਾਂ ਹੀ ਸ਼ੋਅ ਹੋ ਗਿਆ, ਚਲੋ ਕੋਈ ਗੱਲ ਨਹੀਂ। ਸਭ ਤੋਂ ਛੋਟੇ ਮਨਸਬਦਾਰਾਂ ਦੇ ਅਧੀਨ ਕਿੰਨੇ ਸਿਪਾਹੀ ਆਉਂਦੇ ਸਨ? ਹੁਣ ਸਾਨੂੰ ਕਲੀਅਰ ਹੋ ਗਿਆ, ਛੋਟੇ ਮਨਸਬਦਾਰ ਵੀ ਹੁੰਦੇ ਸੀ, ਵੱਡੇ ਵੀ ਹੁੰਦੇ ਸੀ। ਕਹਿਣ ਦਾ ਭਾਵ ਕਿ ਸੈਨਾ ਵਿੱਚ ਜਾਂ ਸਿਵਲ ਵਿੱਚ ਕੀ ਹੁੰਦਾ ਸੀਗਾ, ਵੱਡੇ ਅਧਿਕਾਰੀ ਵੀ ਹੁੰਦੇ ਸੀ, ਛੋਟੇ ਵੀ ਹੁੰਦੇ ਸੀ। ਹੁਣ ਮਨਸਬਦਾਰ, ਸਭ ਤੋਂ ਛੋਟੇ ਮਨਸਬਦਾਰ ਜਿਹੜੇ ਆ, ਉਹਨਾਂ ਦੇ ਅਧੀਨ ਕਿੰਨੇ ਸਿਪਾਹੀ ਆਉਂਦੇ ਸੀ? 33 ਸ਼੍ਰੇਣੀਆਂ ਸੀ ਮਨਸਬਦਾਰਾਂ ਦੀਆਂ। ਜਿਹੜੇ ਸਭ ਤੋਂ ਛੋਟੇ ਮਨਸਬਦਾਰ ਸੀਗੇ, ਉਹਨਾਂ ਦੇ ਅਧੀਨ ਕਿੰਨੇ ਸਿਪਾਹੀ ਆਉਂਦੇ ਸੀ? ਸੈਨਿਕ ਮਨਸਬਦਾਰਾਂ ਦੀ ਗੱਲ ਹੋ ਰਹੀ, ਦੇਖੋ ਕਿੰਨੇ ਆਉਂਦੇ ਸੀ, 10, 20, 100 ਕਿ 1000। ਬੇਟਾ, ਸਭ ਤੋਂ ਛੋਟੇ ਮਨਸਬਦਾਰਾਂ ਦੇ ਅਧੀਨ 10 ਸਿਪਾਹੀ ਆਉਂਦੇ ਸਨ, ਨੋਟ ਕਰ ਲਓ। ਜਿਹੜੇ ਸਭ ਤੋਂ ਛੋਟੇ ਮਨਸਬਦਾਰ ਹੁੰਦੇ ਸੀ ਨਾ ਅਕਬਰ ਦੇ ਸਮੇਂ, ਉਹਨਾਂ ਦੇ ਅਧੀਨ ਕਿੰਨੇ ਅਧਿਕਾਰੀ ਹੁੰਦੇ ਸੀਗੇ, ਸਿਪਾਹੀ ਕਿੰਨੇ ਹੁੰਦੇ ਸੀ? 10, ਠੀਕ ਹੈ। ਆਪਸ਼ਨ ਏ ਜਿਹੜੀ ਰਾਈਟ ਆਪਸ਼ਨ ਹੋਵੇਗੀ। ਨੈਕਸਟ ਦੇਖੋ, ਸਭ ਤੋਂ ਵੱਡੇ ਮਨਸਬਦਾਰਾਂ ਦੇ ਅਧੀਨ ਕਿੰਨੇ ਸਿਪਾਹੀ ਹੁੰਦੇ ਸਨ? ਹੁਣ ਸਭ ਤੋਂ ਛੋਟੇ ਮਨਸਬਦਾਰਾਂ ਦੇ ਅਧੀਨ ਕਿੰਨੇ ਆਉਂਦੇ ਸੀਗੇ?
10 ਆਉਂਦੇ ਸੀ ਨਾ ਸਿਪਾਹੀ। ਹੁਣ ਕੁਐਸਚਨ ਹੈ ਕਿ ਸਭ ਤੋਂ ਵੱਡੇ ਮਨਸਬਦਾਰਾਂ ਦੇ ਅਧੀਨ ਕਿੰਨੇ ਸਿਪਾਹੀ ਆਉਂਦੇ ਸਨ? ਹੁਣ ਮਨਸਬਦਾਰਾਂ ਦੀਆਂ ਸ਼੍ਰੇਣੀਆਂ ਕਿੰਨੀਆਂ? 33। ਛੋਟੇ ਮਨਸਬਦਾਰਾਂ ਦੇ ਅਧੀਨ 10 ਸਿਪਾਹੀ, ਵੱਡੇ ਮਨਸਬਦਾਰਾਂ ਦੇ ਅਧੀਨ ਕਿੰਨੇ ਹੈ? ਦੇਖੋ 100, 50, 10,000 ਕਿ 1,000। ਬੇਟਾ ਅਕਬਰ ਦੇ ਸਮੇਂ ਸਭ ਤੋਂ ਵੱਡੇ ਜਿਹੜੇ ਮਨਸਬਦਾਰ ਹੁੰਦੇ ਸੀ ਉਹਨਾਂ ਦੇ ਅਧੀਨ 10,000 ਸਿਪਾਹੀ ਆਉਂਦੇ ਸੀ। ਨੋਟ ਕਰ ਲਓ, ਸਭ ਤੋਂ ਵੱਡੇ ਮਨਸਬਦਾਰਾਂ ਦੇ ਅਧੀਨ 10,000 ਸਿਪਾਹੀ ਆਉਂਦੇ ਸਨ, ਠੀਕ ਹੈ। ਨੈਕਸਟ ਦੇਖੋ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੇਟਾ, ਮਨਸਬ ਸ਼ਬਦ ਦਾ ਕੀ ਅਰਥ ਹੁੰਦਾ ਸੀ, ਕੀ ਅਰਥ ਹੈ, ਕੀ ਅਰਥ ਸੀ? ਦੇਖੋ, ਅਹੁਦਾ ਜਾਂ ਪਦਵੀ, ਬਾਦਸ਼ਾਹ, ਸੁਲਤਾਨ ਕਿ ਉਪਰੋਕਤ ਸਾਰੇ। ਬੇਟਾ ਮਨਸਬ ਸ਼ਬਦ ਦਾ ਅਰਥ ਸੀ ਅਹੁਦਾ ਜਾਂ ਪਦਵੀ, ਠੀਕ ਹੈ। ਔਰ ਅਕਬਰ ਦੇ ਸਮੇਂ 33 ਸ਼੍ਰੇਣੀਆਂ ਸੀਗੀਆਂ ਮਨਸਬਦਾਰਾਂ ਦੀਆਂ, ਸਭ ਤੋਂ ਛੋਟੇ ਮਨਸਬਦਾਰਾਂ ਦੇ ਅਧੀਨ 10 ਸਿਪਾਹੀ ਅਤੇ ਸਭ ਤੋਂ ਵੱਡੇ ਮਨਸਬਦਾਰਾਂ ਦੇ ਅਧੀਨ 10,000 ਸਿਪਾਹੀ ਜਿਹੜੇ ਆਉਂਦੇ ਸੀ, ਠੀਕ ਹੈ। ਨੈਕਸਟ ਪ੍ਰਸ਼ਨ ਦੇਖੋ, ਅਕਬਰ ਬਾਦਸ਼ਾਹ ਦੀ ਮੌਤ ਕਦੋਂ ਹੋਈ? ਹੁਣ ਅਕਬਰ ਹਮਾਜੂ ਤੋਂ ਬਾਅਦ ਬੈਠਦਾ ਆ ਕਿਤੇ ਰਾਜਗੱਦੀ ਉੱਤੇ। ਅਕਬਰ ਹਮਾਜੂ ਦਾ ਪੁੱਤਰ ਸੀਗਾ, ਹੈ ਨਾ, ਹਮਾਜੂ ਬੈਠਦਾ ਆ, ਅਕਬਰ ਬੈਠਦਾ ਹਮਾਂਜੂ ਦੀ ਮੌਤ ਤੋਂ ਬਾਅਦ। ਹੁਣ ਕੁਐਸਚਨ ਹੈ ਕਿ ਅਕਬਰ ਬਾਦਸ਼ਾਹ ਦੀ ਮੌਤ ਕਦੋਂ ਹੋਈ? 1605 ਈਸਵੀ, 1627 ਈਸਵੀ ਵਿੱਚ, 1656 ਈਸਵੀ ਵਿੱਚ ਕਿ 1661 ਈਸਵੀ ਵਿੱਚ? ਬੇਟਾ ਜਿਹੜਾ ਅਕਬਰ ਬਾਦਸ਼ਾਹ ਹੈ ਨਾ, ਜਿਹੜਾ ਕਿ ਹਮਾਂਜੂ ਦਾ ਉੱਤਰਾਧਿਕਾਰੀ ਸੀ, ਅਕਬਰ ਦੀ ਮੌਤ ਹੋਈ ਸੀ 1605 ਈਸਵੀ ਦੇ ਵਿੱਚ। ਨੋਟ ਕਰ ਲਓ, ਅਕਬਰ ਬਾਦਸ਼ਾਹ ਜਿਹੜਾ ਮੁਗਲ ਬਾਦਸ਼ਾਹ ਸੀ, ਇਸ ਦੀ ਮੌਤ ਹੋਈ ਸੀ 1605 ਈਸਵੀ ਦੇ ਵਿੱਚ, ਠੀਕ ਹੈ। ਨੈਕਸਟ ਦੇਖੋ, ਅਕਬਰ ਦੀ ਮੌਤ ਤੋਂ ਪਿੱਛੋਂ ਉਸ ਦਾ ਉੱਤਰਾਧਿਕਾਰੀ ਕੌਣ ਬਣਿਆ? ਹੁਣ ਅਕਬਰ ਦੀ ਮੌਤ ਹੋਈ 1605 ਈਸਵੀ ਵਿੱਚ, ਉਸ ਤੋਂ ਬਾਅਦ ਕੌਣ ਉੱਤਰਾਧਿਕਾਰੀ ਬਣਿਆ ਸੀਗਾ, ਕੌਣ ਮੁਗਲ ਸਮਰਾਟ ਬਣਿਆ ਸੀ, ਮੁਗਲ ਸੁਲਤਾਨ ਕੌਣ ਬਣਿਆ ਸੀ ਅਕਬਰ ਤੋਂ ਬਾਅਦ? ਦੇਖੋ, ਉਸ ਦਾ ਪੁੱਤਰ ਜਹਾਂਗੀਰ, ਸ਼ਾਹਜਹਾਂ, ਨੂਰਜਹਾਂ ਕਿ ਔਰੰਗਜ਼ੇਬ? ਸਭ ਤੋਂ ਪਹਿਲਾਂ ਮੁਗਲ ਸ਼ਾਸਕ ਕੌਣ ਹੈ? ਬਾਬਰ। ਬਾਬਰ ਤੋਂ ਬਾਅਦ ਹਮਾਯੂ, ਹਮਾਯੂ ਤੋਂ ਬਾਅਦ ਅਕਬਰ, ਅਕਬਰ ਤੋਂ ਬਾਅਦ ਕੌਣ ਬਣਿਆ? ਦੇਖੋ, ਉਸ ਦਾ ਪੁੱਤਰ ਜਹਾਂਗੀਰ, ਸ਼ਾਹਜਹਾਂ, ਨੂਰਜਹਾਂ ਕਿ ਔਰੰਗਜ਼ੇਬ? ਬੇਟਾ ਅਕਬਰ ਤੋਂ ਬਾਅਦ ਬਣਦਾ ਆ ਉੱਤਰਾਧਿਕਾਰੀ ਉਸ ਦਾ ਜਾਂ ਮੁਗਲ ਸੁਲਤਾਨ ਉਸ ਦਾ ਹੀ ਪੁੱਤਰ ਜਹਾਂਗੀਰ, ਠੀਕ ਹੈ। ਅਕਬਰ ਦੀ ਮੌਤ ਚਲੋ 1605 ਈਸਵੀ ਵਿੱਚ ਹੋ ਗਈ, ਤਾਂ ਉਸ ਦਾ ਪੁੱਤਰ ਜਿਹੜਾ ਜਹਾਂਗੀਰ ਹੈ ਉਹ ਮੁਗਲ ਸੁਲਤਾਨ ਬਣਿਆ, ਠੀਕ ਹੈ। ਨੈਕਸਟ ਦੇਖੋ, ਜਹਾਂਗੀਰ ਦਾ ਸ਼ਾਸਨ ਕਾਲ ਜਾਂ ਕਾਰਜਕਾਲ ਦੱਸੋ। ਹੁਣ 1605 ਈਸਵੀ ਵਿੱਚ ਜਦੋਂ ਅਕਬਰ ਦੀ ਮੌਤ ਹੋ ਗਈ ਤਾਂ ਉਹਦਾ ਉੱਤਰਾਧਿਕਾਰੀ ਬਣਿਆ ਉਸ ਦਾ ਪੁੱਤਰ ਜਹਾਂਗੀਰ। ਜਹਾਂਗੀਰ ਦਾ ਸ਼ਾਸਨ ਕਾਲ ਜਾਂ ਕਾਰਜਕਾਲ ਕਿੰਨਾ? ਦੇਖੋ, 1605 ਤੋਂ ਲੈ ਕੇ 1627 ਈਸਵੀ ਤੱਕ, 1627 ਤੋਂ ਲੈ ਕੇ 1666 ਈਸਵੀ ਤੱਕ, 1620 ਤੋਂ ਲੈ ਕੇ 1650 ਈਸਵੀ ਤੱਕ ਕਿ 1611 ਤੋਂ ਲੈ ਕੇ 1675 ਈਸਵੀ ਤੱਕ? ਬੇਟਾ ਜਹਾਂਗੀਰ ਜਦੋਂ ਅਕਬਰ ਦੀ ਮੌਤ ਤੋਂ ਬਾਅਦ ਕਦੋਂ ਬੈਠਾ? 1605 ਵਿੱਚ, ਹੈ ਨਾ। ਸੋ 1605 ਈਸਵੀ ਤੋਂ ਲੈ ਕੇ 1627 ਈਸਵੀ ਤੱਕ ਮੁਗਲ ਸੁਲਤਾਨ ਜਾਂ ਮੁਗਲ ਬਾਦਸ਼ਾਹ ਰਿਹਾ ਸੀ ਜਹਾਂਗੀਰ, ਠੀਕ ਹੈ। 1605 ਤੋਂ ਲੈ ਕੇ 1627 ਈਸਵੀ ਤੱਕ ਸੀ ਇਸ ਦਾ ਸ਼ਾਸਨ ਕਾਲ। ਸੋ ਜਿਹੜੀ ਆਪਸ਼ਨ ਏ ਆ ਉਹ ਰਾਈਟ ਆਪਸ਼ਨ ਹੈ। ਨਾਲ ਦੀ ਨਾਲ ਬੇਟਾ ਨੋਟ ਕਰਦੇ ਰਿਹਾ ਕਰੋ, ਠੀਕ ਹੈ। ਸਿਰਫ ਵੀਡੀਓ ਨਹੀਂ ਦੇਖਣੀ ਹੈਗੀ, ਕੰਨਾਂ ਨਾਲ ਸਿਰਫ ਸੁਣਨਾ ਨਹੀਂ ਹੈਗਾ, ਹੱਥਾਂ ਦੇ ਨਾਲ ਲਿਖਣਾ ਵੀ ਹੈ, ਠੀਕ ਹੈ। ਪੈੱਨ ਅਤੇ ਕਾਪੀਆਂ ਲੈ ਕੇ ਕਲਾਸ ਲਗਾਇਆ ਕਰੋ। ਨੈਕਸਟ ਦੇਖੋ, ਜਹਾਂਗੀਰ ਨੇ ਦੱਖਣ ਵਿੱਚ ਕਿਹੜਾ ਕਿਲ੍ਹਾ ਜਿੱਤਿਆ? ਹੁਣ ਜਹਾਂਗੀਰ ਕੌਣ ਹੈ? ਅਕਬਰ ਦਾ ਪੁੱਤਰ, ਅਕਬਰ ਦਾ ਉੱਤਰਾਧਿਕਾਰੀ 1605 ਈਸਵੀ ਵਿੱਚ ਇਹ ਕੌਣ ਬਣਿਆ? ਮੁਗਲ ਬਾਦਸ਼ਾਹ ਬਣਿਆ। ਔਰ 1627 ਈਸਵੀ ਤੱਕ ਇਹਨੇ ਮੁਗਲ ਰਾਜਗੱਦੀ ਸੰਭਾਲੀ, ਹੈ ਨਾ, 1627 ਈਸਵੀ ਤੱਕ ਰਿਹਾ। ਸੋ ਇਸਨੇ ਆਪਣੇ ਰਾਜਕਾਲ ਦੌਰਾਨ, ਸ਼ਾਸਨ ਕਾਲ ਦੌਰਾਨ ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ, ਆਪਣੇ ਸਾਮਰਾਜ ਦਾ ਵਿਸਥਾਰ ਕੀਤਾ, ਠੀਕ ਹੈ। ਹੁਣ ਕੁਐਸਚਨ ਹੈ ਕਿ ਜਹਾਂਗੀਰ ਨੇ ਦੱਖਣ ਵਿੱਚ ਕਿਹੜਾ ਕਿਲ੍ਹਾ ਜਿੱਤਿਆ? ਹੁਣ ਸਾਨੂੰ ਇੰਨਾ ਕਲੀਅਰ ਹੋ ਗਿਆ ਕਿ ਜਹਾਂਗੀਰ ਨੇ ਦੱਖਣ ਵਿੱਚ ਇੱਕ ਕਿਲ੍ਹਾ ਜਿੱਤਿਆ ਸੀ, ਪਰ ਕਿਹੜਾ ਕਿਲ੍ਹਾ ਜਿੱਤਿਆ ਸੀ?
ਦੇਖੋ, ਲਾਲ ਕਿਲ੍ਹਾ, ਅਹਿਮਦਨਗਰ ਦਾ ਕਿਲ੍ਹਾ, ਅਨੰਦਪੁਰ ਦਾ ਕਿਲ੍ਹਾ, ਅਤੇ ਉਪਰੋਕਤ ਕੋਈ ਵੀ ਨਹੀਂ। ਬੇਟਾ ਜਹਾਂਗੀਰ ਨੇ ਦੱਖਣ ਵਿੱਚ ਅਹਿਮਦਨਗਰ ਦਾ ਕਿਲ੍ਹਾ ਜਿੱਤਿਆ ਸੀ, ਠੀਕ ਹੈ। ਆਪਸ਼ਨ ਬੀ ਜਿਹੜੀ ਰਾਈਟ ਆਪਸ਼ਨ ਹੈ, ਜਹਾਂਗੀਰ ਨੇ ਦੱਖਣ ਵਿੱਚ ਅਹਿਮਦਨਗਰ ਦਾ ਕਿਲ੍ਹਾ ਜਿੱਤਿਆ ਸੀ। ਅਗਰ ਤੁਹਾਨੂੰ ਅਜੇ ਅਹਿਮਦਨਗਰ ਦਾ ਕਿਲ੍ਹਾ ਕਿਸ ਮੁਗਲ ਬਾਦਸ਼ਾਹ ਨੇ ਜਿੱਤਿਆ, ਤਾਂ ਤੁਸੀਂ ਆਨਸਰ ਕਰਨਾ ਜਹਾਂਗੀਰ ਨੇ, ਠੀਕ ਹੈ। ਜਹਾਂਗੀਰ ਕੌਣ ਹੈ? ਅਕਬਰ ਦਾ ਉੱਤਰਾਧਿਕਾਰੀ, ਅਕਬਰ ਦਾ ਪੁੱਤਰ, 1627 ਈਸਵੀ ਤੱਕ ਜਿਹੜਾ ਮੁਗਲ ਸਮਰਾਟ ਰਿਹਾ ਸੀ। ਨੈਕਸਟ, ਮੁਗਲ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਕੌਣ ਸੀ? ਹੁਣ ਜਹਾਂਗੀਰ ਤਾਂ ਅਕਬਰ ਦਾ ਪੁੱਤਰ ਸੀ, ਪਰ ਅਕਬਰ ਦਾ ਪੁੱਤਰ ਕੌਣ ਸੀ? ਦੇਖੋ, ਜਹਾਂਗੀਰ ਦਾ ਪੁੱਤਰ ਕੌਣ ਸੀ? ਅਕਬਰ, ਔਰੰਗਜ਼ੇਬ, ਖੁਸਰੋ ਅਤੇ ਸ਼ਾਹਜਹਾਂ, ਅਤੇ ਉਪਰੋਕਤ ਸਾਰੇ। ਬੇਟਾ ਬਾਬਰ ਦਾ ਪੁੱਤਰ ਹੁਮਾਂਜੂ, ਹੁਮਾਂਜੂ ਦਾ ਪੁੱਤਰ ਅਕਬਰ, ਅਕਬਰ ਦਾ ਪੁੱਤਰ ਜਹਾਂਗੀਰ। ਸੋ ਜਹਾਂਗੀਰ ਦਾ ਪੁੱਤਰ ਕੌਣ ਸੀ? ਦੇਖੋ, ਅਕਬਰ, ਅਕਬਰ ਵੀ ਨਹੀਂ ਹੋ ਸਕਦਾ, ਕਿਉਂਕਿ ਜਹਾਂਗੀਰ ਤਾਂ, ਜਹਾਂਗੀਰ ਦਾ ਪੁੱਤਰ ਕੌਣ ਸੀ? ਜਹਾਂਗੀਰ ਤਾਂ ਅਕਬਰ ਦਾ ਪੁੱਤਰ ਸੀ। ਕੁਐਸਚਨ ਹੈ ਕਿ ਜਹਾਂਗੀਰ ਦਾ ਪੁੱਤਰ ਕੌਣ ਸੀ? ਦੇਖੋ, ਅਕਬਰ, ਔਰੰਗਜ਼ੇਬ, ਖੁਸਰੋ ਅਤੇ ਸ਼ਾਹਜਹਾਂ, ਕਿ ਉਪਰੋਕਤ ਸਾਰੇ। ਬੇਟਾ ਮੁਗਲ ਬਾਦਸ਼ਾਹ ਜਿਹੜਾ ਜਹਾਂਗੀਰ ਹੈ, ਉਸਦਾ ਪੁੱਤਰ ਸੀ, ਇੱਕ ਤਾਂ ਖੁਸਰੋ ਸੀ ਔਰ ਇੱਕ ਸੀਗਾ ਸ਼ਾਹਜਹਾਂ। ਜਿਹੜੀ ਆਪਸ਼ਨ ਸੀ ਆ ਰਾਈਟ ਹੈ, ਠੀਕ ਹੈ। ਖੁਸਰੋ ਵੀ ਇਸਦਾ ਪੁੱਤਰ ਸੀ ਔਰ ਇਸਨੇ, ਇਸਦੇ ਜਿਹੜਾ ਜਹਾਂਗੀਰ ਆ, ਉਸਨੇ ਖੁਸਰੋ, ਆਪਣੇ ਹੀ ਪੁੱਤਰ ਖੁਸਰੋ ਦੇ ਵਿਦਰੋਹ ਦਾ ਵੀ ਦਮਨ ਕੀਤਾ ਸੀ, ਠੀਕ ਹੈ। ਮੁਗਲ ਬਾਦਸ਼ਾਹ ਜਿਹੜਾ ਜਹਾਂਗੀਰ, ਉਸਦਾ ਪੁੱਤਰ ਇੱਕ ਖੁਸਰੋ ਹੈ ਔਰ ਇੱਕ ਹੈ ਸ਼ਾਹਜਹਾਂ। ਆਪਸ਼ਨ ਜਿਹੜੀ ਸੀ ਆ, ਉਸਨੂੰ ਰਾਈਟ ਕਰ ਲੈਣਾ, ਠੀਕ ਹੈ। ਸੋ ਪਹਿਲਾ ਸ਼ਾਸਕ ਕੌਣ? ਮੁਗਲ, ਬਾਬਰ, ਬਾਬਰ ਤੋਂ ਬਾਅਦ ਹੁਮਾਂਜੂ, ਹੁਮਾਂਜੂ ਦੀ ਮੌਤ ਤੋਂ ਬਾਅਦ ਅਕਬਰ, ਅਕਬਰ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਜਹਾਂਗੀਰ, ਔਰ ਜਹਾਂਗੀਰ ਦਾ ਪੁੱਤਰ ਅੱਗੇ ਕੌਣ ਸੀਗਾ? ਜਿਹੜਾ ਮੁਗਲ ਸੁਲਤਾਨ ਬਣਿਆ, ਮੁਗਲ ਬਾਦਸ਼ਾਹ ਬਣਿਆ, ਉਹ ਸੀ ਬੇਟਾ ਸ਼ਾਹਜਹਾਂ, ਠੀਕ ਹੈ। ਨੈਕਸਟ ਦੇਖੋ, ਜਹਾਂਗੀਰ ਬਾਦਸ਼ਾਹ ਨੇ ਮੇਵਾੜ ਦੇ ਕਿਸ ਸ਼ਾਸਕ ਨੂੰ ਹਰਾਇਆ? ਹੁਣ ਫਿਰ ਮੇਵਾੜ ਦੇ ਸ਼ਾਸਕ ਦੀ ਗੱਲ ਹੋ ਰਹੀ। ਇੱਕ ਮੇਵਾੜ ਦਾ ਸ਼ਾਸਕ ਸੀਗਾ ਜਿਸ ਨੇ ਸੱਦਾ ਦਿੱਤਾ ਦੌਲਤ ਖਾਂ ਲੋਧੀ ਨਾਲ ਰਲ ਕੇ ਬਾਬਰ ਨੂੰ, ਮੁਗਲ ਸੀ ਬਾਬਰ, ਕਿ ਤੂੰ ਸਾਡੇ ਭਾਰਤ 'ਤੇ ਆ ਅਤੇ ਆ ਕੇ ਹਮਲਾ ਕਰ, ਇਬਰਾਹਿਮ ਲੋਧੀ ਨੂੰ ਮਾਰ, ਉਸ ਨਾਲ ਲੜਾਈ ਕਰ, ਯੁੱਧ ਕਰ। ਹੁਣ ਕੁਐਸਚਨ ਹੈ ਕਿ ਜਹਾਂਗੀਰ ਬਾਦਸ਼ਾਹ ਦੇ ਸਮੇਂ, ਹੁਣ ਇਹੀ ਮੁਗਲ, ਹੁਣ ਜਿਹੜੇ ਸਾਡੇ ਮੇਵਾੜ ਦੇ ਸ਼ਾਸਕ ਹੈ, ਮੇਵਾੜ ਦਾ ਸ਼ਾਸਕ ਪਹਿਲਾਂ ਸੱਦਾ ਦਿੰਦਾ ਮੁਗਲਾਂ ਨੂੰ, ਹੁਣ ਮੁਗਲ ਮੇਵਾੜ ਦੇ ਸ਼ਾਸਕਾਂ ਨਾਲ ਵੀ ਲੜ ਰਹੇ ਆ, ਦੇਖ ਲਓ। ਜਹਾਂ ਹੁਣ ਕਹਿੰਦੇ ਕਿ ਬਾਬਰ ਦੇ ਸਮੇਂ ਕੌਣ ਸੀ ਮੇਵਾੜ ਦਾ ਸ਼ਾਸਕ? ਰਾਣਾ ਸਾਂਗਾ, ਠੀਕ ਹੈ। ਹੁਣ ਕੁਐਸਚਨ ਹੈ ਕਿ ਜਹਾਂਗੀਰ ਬਾਦਸ਼ਾਹ ਦੇ ਸਮੇਂ ਕੌਣ ਸੀ ਮੇਵਾੜ ਦਾ ਸ਼ਾਸਕ, ਠੀਕ ਹੈ, ਜਿਸਨੂੰ ਜਹਾਂਗੀਰ ਨੇ ਹਰਾਇਆ ਸੀ। ਹੁਣ ਕੁਐਸਚਨ ਸਾਨੂੰ ਕਲੀਅਰ ਹੋ ਗਿਆ ਕਿ ਜਹਾਂਗੀਰ ਬਾਦਸ਼ਾਹ ਨੇ ਮੇਵਾੜ ਦੇ ਸ਼ਾਸਕ ਨੂੰ ਵੀ ਹਰਾਇਆ। ਹੁਣ ਉਸ ਸਮੇਂ ਮੇਵਾੜ ਦਾ ਸ਼ਾਸਕ ਕੌਣ ਸੀ ਜਿਸਨੂੰ ਜਹਾਂਗੀਰ ਨੇ ਹਰਾਇਆ ਸੀ? ਦੇਖੋ, ਰਾਣਾ ਸਾਂਗਾ, ਰਾਣਾ ਅਮਰ ਸਿੰਘ, ਹੇਮੂ ਕਿ ਅਮੀਰ ਖੁਸਰੋ। ਬੇਟਾ ਰਾਣਾ ਸਾਂਗਾ ਤਾਂ ਸੀਗਾ ਬਾਬਰ ਦੇ ਸਮੇਂ ਮੇਵਾੜ ਦਾ ਸ਼ਾਸਕ, ਠੀਕ ਹੈ। ਹੇਮੂ ਉਹੀ ਹੈ ਬੇਟਾ ਜਿਹਨੇ ਕਿ 1656 ਈਸਵੀ ਦੇ ਵਿੱਚ ਯੁੱਧ ਲੜਿਆ ਸੀਗਾ ਅਕਬਰ ਦੇ ਨਾਲ, ਪਾਣੀਪਤ ਦੀ ਦੂਸਰੀ ਲੜਾਈ ਲੜੀ ਸੀਗੀ, 1556 ਈਸਵੀ ਦੇ ਵਿੱਚ, ਹੈ ਨਾ, 1556 ਈਸਵੀ ਦੇ ਵਿੱਚ ਦੂਸਰੀ ਲੜਾਈ ਹੋਈ ਸੀ ਨਾ ਪਾਣੀਪਤ ਦੀ। ਹੇਮੂ ਜਿਹੜਾ ਰਾਜਾ ਸੀਗਾ ਔਰ ਇੱਕ ਸੀਗਾ ਅਕਬਰ, ਠੀਕ ਹੈ। ਔਰ ਜਿਹੜਾ ਆਪਸ਼ਨ ਬੀ ਆ ਉਹ ਰਾਈਟ ਹੈ। ਜਿਹੜਾ ਮੇਵਾੜ ਦਾ ਸ਼ਾਸਕ ਸੀ ਜਹਾਂਗੀਰ ਦੇ ਸਮੇਂ, ਉਹ ਸੀਗਾ ਰਾਣਾ ਅਮਰ ਸਿੰਘ, ਜਿਸ ਨੇ ਲੜਾਈ ਲੜੀ ਸੀ ਮੁਗਲਾਂ ਦੇ ਨਾਲ, ਅਤੇ ਮੇਵਾੜ ਦਾ ਜਿਹੜਾ ਸ਼ਾਸਕ ਰਾਣਾ ਅਮਰ ਸਿੰਘ ਹੈ, ਜਹਾਂਗੀਰ ਬਾਦਸ਼ਾਹ ਦੇ ਕੋਲੋਂ ਹਾਰ ਗਿਆ ਸੀਗਾ, ਠੀਕ ਹੈ। ਜਹਾਂਗੀਰ ਬਾਦਸ਼ਾਹ ਨੇ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਹਰਾ ਦਿੱਤਾ ਸੀ, ਠੀਕ ਹੈ। ਨੋਟ ਕਰ ਲਓ ਬੇਟਾ, ਆਪਸ਼ਨ ਜਿਹੜੀ ਬੀ ਆ ਉਹ ਰਾਈਟ ਆਪਸ਼ਨ ਹੈ, ਠੀਕ ਹੈ। ਆਪਸ਼ਨ ਜਿਹੜੀ ਬੀ ਉਹ ਰਾਈਟ ਆਪਸ਼ਨ ਹੈ।
ਨੈਕਸਟ ਦੇਖੋ ਸੋ ਬੇਟਾ ਕਲਾਸ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ MSW ਸਟੱਡੀ ਚੈਨਲ ਦੇ ਉੱਤੇ PSTET ਪੇਪਰ 1 ਪੇਪਰ 2 ਦੀ ਤਿਆਰੀ ਕਰਵਾਈ ਜਾ ਰਹੀ, ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਵਾਈ ਜਾ ਰਹੀ ਹੈ। ਅਗਰ ਤੁਸੀਂ ਸਿਰਫ ਔਰ ਸਿਰਫ ਅਗਰ ਤੁਸੀਂ PSTET ਪੇਪਰ 1 ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਬੇਟਾ ਆਪਣੇ ਮੋਬਾਈਲ ਦੇ ਪਲੇ ਸਟੋਰ ਵਿੱਚੋਂ MSW ਸਟੱਡੀ ਐਪ ਨੂੰ ਡਾਊਨਲੋਡ ਕਰੋ ਔਰ ਆਪਣੇ ਪੇਪਰਾਂ ਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰੋ। ਅਗਰ ਤੁਸੀਂ ਬੇਟਾ PSTET ਪੇਪਰ 1 ਪੇਪਰ 2 ਜਾਂ ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 9878731752 ਨੰਬਰ 'ਤੇ ਕੋਲ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਬੇਟਾ ਤੁਸੀਂ ਓਪਨ MCQ ਫਰੀ MCQ ਕਰ ਸਕਦੇ ਹੋ। ਅਗਰ ਤੁਸੀਂ ਵਟਸਐਪ ਗਰੁੱਪ ਨਾਲ ਜੁਆਇਨ ਹੋਣਾ ਤਾਂ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰਨਾ ਅਤੇ ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰ ਲਵਾਂਗੇ। ਬੇਟਾ ਤੁਸੀਂ ਟੈਲੀਗ੍ਰਾਮ ਚੈਨਲ ਜਿਹੜਾ MSW ਸਟੱਡੀ ਹੈ, ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰਨਾ। ਇਨ ਫਿਊਚਰ ਕੋਈ ਵੀ PDF ਨੋਟਸ ਹੈ, ਤੁਹਾਡੇ ਮੋਕ ਟੈਸਟ ਲਏ ਜਾਣੇ ਜਾਂ ਕੋਈ ਵੀ ਓਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਐਗਜ਼ਾਮ ਨੂੰ ਲੈ ਕੇ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਇਨਫੋਰਮ ਕੀਤਾ ਜਾਵੇਗਾ, ਠੀਕ ਹੈ। ਸੋ ਬੇਟਾ MSW ਸਟੱਡੀ ਐਪ ਦੇ ਵਿੱਚ ਜੋ ਪੇਡ ਕੋਰਸ ਕਰਵਾਏ ਜਾਂਦੇ ਬਹੁਤ ਹੀ ਘੱਟ ਫੀਸ 'ਤੇ ਕਰਵਾਏ ਜਾ ਰਹੇ ਆ, ਤੁਸੀਂ ਕੀ ਕਰਨਾ, ਇਹ ਵਾਲਾ ਐਪ ਹੈ ਬੇਟਾ MSW ਸਟੱਡੀ ਐਪ ਨੂੰ ਪਲੇ ਸਟੋਰ ਵਿੱਚੋਂ ਡਾਊਨਲੋਡ ਕਰਨਾ ਔਰ ਪੇਡ ਕੋਰਸ ਜੋ ਬਹੁਤ ਹੀ ਘੱਟ ਫੀਸ 'ਤੇ ਕਰਵਾਏ ਜਾ ਰਹੇ ਆ ਉਸਨੂੰ ਜ਼ਰੂਰ ਤੁਸੀਂ ਲੈਣਾ ਕਿਉਂਕਿ ਡੀਪਲੀ ਕੰਟੈਂਟ ਤੁਹਾਨੂੰ ਐਪ ਦੇ ਵਿੱਚ ਕਰਵਾਇਆ ਜਾਏਗਾ, ਠੀਕ ਹੈ। ਅਗਰ ਤੁਸੀਂ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ CDP ਦਾ ਪੂਰਾ ਸਿਲੇਬਸ ਕਰਵਾਇਆ ਜਾਏ, ਜਿਸ ਠੀਕ ਹੈ ਜਿਸ ਵਿੱਚ ਤੁਹਾਨੂੰ ਹਰ ਇੱਕ ਗੱਲ ਡੀਪਲੀ ਸਮਝਾਈ ਜਾਏਗੀ। ਤੁਸੀਂ PSTET 1 ਦੇਣਾ ATT ਕੀਤੀ ਹੋਈ ਤਾਂ 3 ਸਬਜੈਕਟਾਂ ਦੀ ਤਿਆਰੀ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਤੁਹਾਨੂੰ CDP ਪੰਜਾਬੀ ਅਤੇ ਇੰਗਲਿਸ਼ ਦੀ ਫੁੱਲ ਤਿਆਰੀ ਕਰਵਾਈ ਜਾਏਗੀ, ਪੂਰਾ ਸਿਲੇਬਸ ਕਰਵਾਇਆ ਜਾਏਗਾ। PSTET 2 ਦੇਣਾ SST ਵਾਲੇ ਸਟੂਡੈਂਟ ਹੋ ਤਾਂ 2000 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਪੇਪਰ, ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ, ਡੀਪਲੀ ਤੁਹਾਨੂੰ ਸਮਝਾਇਆ ਜਾਏਗਾ। ਬੇਟਾ ਇਹ ਪੇਡ ਕੋਰਸ ਜਿਹੜੇ ਐਪ ਵਿੱਚ ਕਰਵਾਏ ਜਾ ਰਹੇ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ। ਪੇਡ ਕੋਰਸ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ, PDF ਥਿਊਰੀ, ਨੋਟਸ, MCQ, ਤੁਹਾਡੇ ਟਾਈਮ ਟੂ ਟਾਈਮ ਮੋਕ ਟੈਸਟ ਲਏ ਜਾਣੇ ਔਰ ਤੁਹਾਡੀਆਂ ਲਾਈਵ ਕਲਾਸਾਂ ਵੀ ਹੋਇਆ ਕਰਨਗੀਆਂ, ਠੀਕ ਹੈ। ਸੋ ਨੈਕਸਟ ਕੁਐਸਚਨ ਦੇਖੋ, ਮੁਗਲ ਬਾਦਸ਼ਾਹ ਜਹਾਂਗੀਰ ਨੇ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਕਦੋਂ ਹਰਾਇਆ। ਹੁਣ ਸਾਨੂੰ ਇੰਨਾ ਕਲੀਅਰ ਹੋ ਗਿਆ ਕਿ ਮੁਗਲ ਬਾਦਸ਼ਾਹ ਜਿਹੜਾ ਜਹਾਂਗੀਰ ਸੀ ਉਸ ਸਮੇਂ ਮੇਵਾੜ ਦਾ ਸ਼ਾਸਕ ਸੀ ਰਾਣਾ ਅਮਰ ਸਿੰਘ, ਜਿਸ ਨੂੰ ਕਿ ਜਹਾਂਗੀਰ ਨੇ ਹਰਾ ਦਿੱਤਾ ਸੀ। ਸੋ ਕਦੋਂ ਹਰਾਇਆ ਦੇਖੋ, 1630 ਈਸਵੀ ਵਿੱਚ, 1620 ਈਸਵੀ ਵਿੱਚ, 1631 ਈਸਵੀ ਵਿੱਚ ਕਿ 1613 ਈਸਵੀ ਵਿੱਚ। ਬੇਟਾ ਮੇਵਾੜ ਦਾ ਜਿਹੜਾ ਸ਼ਾਸਕ ਰਾਣਾ ਅਮਰ ਸਿੰਘ ਇਸ ਨੂੰ ਜਹਾਂਗੀਰ ਨੇ 1613 ਈਸਵੀ ਵਿੱਚ ਹਰਾਇਆ ਸੀ। ਪਰ ਇੱਕ ਗੱਲ ਹੋਰ ਨੋਟ ਕਰ ਲਓ ਬੇਟਾ, ਜਦੋਂ ਜਹਾਂਗੀਰ ਨੇ ਰਾਣਾ ਅਮਰ ਸਿੰਘ ਨੂੰ ਹਰਾ ਦਿੱਤਾ ਨਾ 1613 ਈਸਵੀ ਵਿੱਚ, ਪਰ ਇਸ ਕੋਲੋਂ ਇਹਦਾ ਰਾਜ ਨਹੀਂ ਵਾਪਸ ਲਿਆ ਸੀ। ਉਹਨੂੰ ਇਸ ਸ਼ਰਤ 'ਤੇ ਰਾਜ ਦੇ ਦਿੱਤਾ ਕਿ ਤੂੰ ਕੀ ਕਰਨਾ, ਤੂੰ ਮੇਰਾ ਵਫ਼ਾਦਾਰ ਰਹਿਣਾ, ਤੂੰ ਮੇਰੇ ਅੰਡਰ ਹੋਵੇਗਾ, ਭਾਵੇਂ ਤੂੰ ਰਾਜ ਕਰੇਗਾ ਮੇਵਾੜ ਉੱਤੇ, ਪਰ ਹੁਣ ਤੂੰ ਮੇਰੇ ਕੋਲੋਂ ਹਾਰ ਗਿਆ ਆ ਇੱਕ ਸ਼ਰਤ 'ਤੇ, ਤੂੰ ਮੇਰੇ ਤੈਨੂੰ ਮੈਂ ਜਿਹੜਾ ਰਾਜ ਵਾਪਸ ਕਰਦਾ, ਤੂੰ ਕੀ ਕਰਨਾ, ਮੁਗਲ ਸਾਮਰਾਜ ਪ੍ਰਤੀ, ਠੀਕ ਹੈ, ਬਾਦਸ਼ਾਹ ਪ੍ਰਤੀ, ਕਹਿੰਦਾ ਭਾਵ ਕਿ ਜਹਾਂਗੀਰ ਪ੍ਰਤੀ ਤੂੰ ਕੀ ਰਹਿਣਾ, ਵਫ਼ਾਦਾਰ ਰਹਿਣਾ। ਕਿਹਨੂੰ ਕਿਹਾ ਸੀ, ਰਾਣਾ ਅਮਰ ਸਿੰਘ ਨੂੰ ਜੋ ਮੇਵਾੜ ਦਾ ਸ਼ਾਸਕ ਸੀ 1613 ਈਸਵੀ ਵਿੱਚ ਜਹਾਂਗੀਰ ਕੋਲੋਂ ਹਾਰ ਗਿਆ ਸੀ, ਠੀਕ ਹੈ। ਇਹਨੂੰ ਰਾਜ ਹਰਾ ਤਾਂ ਦਿੱਤਾ, ਹਾਰ ਤਾਂ ਗਿਆ, ਪਰ ਜਹਾਂਗੀਰ ਨੇ ਇਹਨੂੰ ਇਸ ਸ਼ਰਤ 'ਤੇ ਵਾਪਿਸ ਕਰ ਦਿੱਤਾ ਸੀ ਮੇਵਾੜ ਕਿ ਤੂੰ ਕੀ ਕਰਨਾ ਆ, ਮੁਗਲ ਬਾਦਸ਼ਾਹ ਜਾਂ ਮੁਗਲ ਸਾਮਰਾਜ ਪ੍ਰਤੀ ਵਫ਼ਾਦਾਰ ਰਹਿਣਾ, ਠੀਕ ਹੈ। ਨੈਕਸਟ ਦੇਖੋ, ਜਹਾਂਗੀਰ ਨੇ ਕਾਂਗੜੇ ਉੱਤੇ ਕਦੋਂ ਜਿੱਤ ਪ੍ਰਾਪਤ ਕੀਤੀ। ਹੁਣ ਮੇਵਾੜ ਨੂੰ ਵੀ ਜਿੱਤ ਲਿਆ,
ਅਮਰ ਸਿੰਘ ਨੂੰ ਹਰਾ ਦਿੱਤਾ। ਹੁਣ ਅਗਲੀ ਜਿੱਤ ਕਿਹੜੀ ਕਾਂਗੜੇ ਦੀ? ਸਾਨੂੰ ਇੰਨਾ ਕਲੀਅਰ ਹੋ ਗਿਆ ਕਿ ਜਹਾਂਗੀਰ ਨੇ ਕਾਂਗੜੇ ਨੂੰ ਵੀ ਜਿੱਤਿਆ ਸੀ, ਪਰ ਕਦੋਂ ਜਿੱਤਿਆ ਸੀ? ਦੇਖੋ 1620 ਈਸਵੀ ਵਿੱਚ, 1613 ਈਸਵੀ ਵਿੱਚ, 1605 ਈਸਵੀ ਵਿੱਚ ਕਿ 1627 ਈਸਵੀ ਵਿੱਚ? ਹੁਣ ਦੇਖੋ 1605 ਵਿੱਚ ਇਹ ਰਾਜ ਗੱਦੀ 'ਤੇ ਬੈਠਾ ਸੀ ਅਕਬਰ ਦੀ ਮੌਤ ਤੋਂ ਬਾਅਦ। 1627 ਤੱਕ ਇਹਨੇ ਰਾਜ ਕੀਤਾ ਸੀ। 1613 ਵਿੱਚ ਮੇਵਾੜ ਦੇ ਜਿਹੜਾ ਸ਼ਾਸਕ ਅਮਰ ਸਿੰਘ ਸੀ, ਇਸ ਨੂੰ ਹਰਾਇਆ। ਸੋ ਜਿਹੜੀ ਆਪਸ਼ਨ ਇਹ ਹੈ ਨਾ, ਉਹ ਰਾਈਟ ਆਪਸ਼ਨ ਹੋਵੇਗੀ। ਜਹਾਂਗੀਰ ਨੇ ਕਾਂਗੜੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ 1620 ਈਸਵੀ ਦੇ ਵਿੱਚ, ਠੀਕ ਹੈ। ਆਪਣੀ ਮੌਤ ਤੋਂ 7 ਸਾਲ ਪਹਿਲਾਂ 1620 ਈਸਵੀ ਦੇ ਵਿੱਚ ਜਹਾਂਗੀਰ ਨੇ ਕਾਂਗੜੇ 'ਤੇ ਜਿੱਤ ਪ੍ਰਾਪਤ ਕੀਤੀ ਸੀ। ਨੈਕਸਟ ਦੇਖੋ, ਅਹਿਮਦਨਗਰ ਦੇ ਕਿਸ ਸੈਨਾਪਤੀ ਨੇ ਦੱਖਣ ਦੇ ਇਲਾਕੇ ਜਿੱਤਣ ਲਈ ਮੁਗਲਾਂ ਦਾ ਵਿਰੋਧ ਕੀਤਾ ਸੀ? ਹੁਣ ਅਹਿਮਦਨਗਰ ਵਿੱਚ ਕੀ ਸੀ? ਕਿਲ੍ਹਾ ਸੀ। ਅਹਿਮਦਨਗਰ ਦਾ ਕਿਲ੍ਹਾ ਕਿਹਨੇ ਜਿੱਤਿਆ ਸੀ? ਜਹਾਂਗੀਰ ਨੇ, ਠੀਕ ਹੈ। ਉਹ ਜਾਂ ਅਹਿਮਦਨਗਰ ਦੇ ਕਿਸ, ਹੁਣ ਅਹਿਮਦਨਗਰ ਦਾ ਸੈਨਾਪਤੀ ਕੌਣ ਸੀ? ਹੁਣ ਦੱਖਣ ਵਿੱਚ ਅਹਿਮਦਨਗਰ ਦਾ ਕਿਲ੍ਹਾ ਜਿੱਤਣ ਦੀ ਕੋਸ਼ਿਸ਼ ਕੀਤੀ, ਜਹਾਂਗੀਰ ਨੇ ਕਿਲ੍ਹਾ ਜਿੱਤਿਆ ਅਹਿਮਦਨਗਰ ਦਾ, ਠੀਕ ਹੈ। ਉਸ ਸਮੇਂ ਕਿਹੜਾ ਸੀਗਾ ਸੈਨਾਪਤੀ ਜਿਸਨੇ ਮੁਗਲਾਂ ਦਾ ਵਿਰੋਧ ਕੀਤਾ ਸੀ? ਅਹਿਮਦਨਗਰ ਦਾ ਕਿਹੜਾ ਸੈਨਾਪਤੀ ਸੀ ਜਿਸਨੇ ਮੁਗਲਾਂ ਦਾ ਵਿਰੋਧ ਕੀਤਾ ਸੀ? ਦੇਖੋ, ਬੈਰਮ ਖਾਂ, ਮਲਿਕ ਅੰਬਰ, ਚੰਗੇਜ਼ ਖਾਂ, ਜੋ ਉਪਰੋਕਤ ਸਾਰੇ। ਬੇਟਾ ਐੜੇ ਤੋਂ ਅਹਿਮਦਨਗਰ, ਔਰ ਯਾਦ ਰੱਖਣਾ ਮਲਿਕ ਅੰਬਰ, ਠੀਕ ਹੈ। ਅੰਬਰ ਐੜੇ ਤੋਂ ਅੰਬਰ ਅਤੇ ਐੜੇ ਤੋਂ ਅਹਿਮਦਨਗਰ, ਠੀਕ ਹੈ। ਅਹਿਮਦਨਗਰ ਦਾ ਜਿਹੜਾ ਸੈਨਾਪਤੀ ਸੀਗਾ ਨਾ ਮਲਿਕ ਅੰਬਰ, ਇਸ ਨੇ ਮੁਗਲ ਸੈਨਾ ਨੂੰ ਰੋਕਣ ਦਾ ਯਤਨ ਕੀਤਾ ਸੀ, ਮੁਗਲਾਂ ਦਾ ਵਿਰੋਧ ਕੀਤਾ ਸੀ, ਠੀਕ ਹੈ। ਆਪਸ਼ਨ ਜਿਹੜੀ ਬੀ ਹੈ ਉਹ ਰਾਈਟ ਆਪਸ਼ਨ ਹੈ, ਠੀਕ ਹੈ। ਨੈਕਸਟ ਦੇਖੋ, ਇਰਾਨੀਆਂ ਨੇ ਅਫਗਾਨਿਸਤਾਨ ਵਿੱਚ ਕਿਹੜਾ ਇਲਾਕਾ ਜਹਾਂਗੀਰ ਪਾਸੋਂ ਖੋਹ ਲਿਆ ਸੀ? ਹੁਣ ਇਰਾਨੀ ਲੋਕ ਆ, ਠੀਕ ਹੈ, ਇਰਾਨੀ ਲੋਕਾਂ ਨੇ ਅਫਗਾਨਿਸਤਾਨ ਦਾ ਜੇ ਕੋਈ ਇਲਾਕਾ ਹੈ ਉਹ ਦੇਖਣਾ ਸੀ, ਕਿਹੜਾ ਇਲਾਕਾ? ਹੁਣ ਸਾਨੂੰ ਇੰਨਾ ਕਲੀਅਰ ਹੋ ਗਿਆ, ਇਰਾਨੀਆਂ ਨੇ ਅਫਗਾਨਿਸਤਾਨ ਦਾ ਇਲਾਕਾ ਜਹਾਂਗੀਰ ਕੋਲੋਂ ਖੋਹ ਲਿਆ ਸੀ, ਪਰ ਕਿਹੜਾ ਖੋਇਆ ਸੀ? ਦੇਖੋ, ਕੰਧਾਰ ਦਾ, ਕਾਬੁਲ ਦਾ, ਮੱਧ ਏਸ਼ੀਆ ਦਾ, ਕਿ ਉਪਰੋਕਤ ਸਾਰੇ। ਬੇਟਾ ਇਰਾਨੀਆਂ ਨੇ ਅਫਗਾਨਿਸਤਾਨ ਦਾ ਜਿਹੜਾ ਕੰਧਾਰ ਹੈ ਨਾ, ਕੰਧਾਰ ਦਾ ਇਲਾਕਾ, ਉਹ ਜਹਾਂਗੀਰ ਕੋਲੋਂ ਖੋਹ ਲਿਆ ਸੀ। ਕਿਸਨੇ? ਇਰਾਨੀਆਂ ਨੇ, ਠੀਕ ਹੈ। ਇਰਾਨੀਆਂ ਨੇ ਅਫਗਾਨਿਸਤਾਨ ਵਿੱਚ, ਠੀਕ ਹੈ, ਅਫਗਾਨਿਸਤਾਨ ਵਿੱਚ ਕੰਧਾਰ ਦਾ ਇਲਾਕਾ ਜਹਾਂਗੀਰ ਕੋਲੋਂ ਖੋਲ੍ਹਿਆ ਸੀ, ਠੀਕ ਹੈ। ਆਪਸ਼ਨ ਏ ਜਿਹੜੀ ਰਾਈਟ ਆਪਸ਼ਨ ਹੈ। ਨੈਕਸਟ ਦੇਖੋ, ਜਹਾਂਗੀਰ ਬਾਦਸ਼ਾਹ ਨੇ ਕਿਸ ਔਰਤ ਨਾਲ ਸ਼ਾਦੀ ਕਰਵਾਈ? ਜਾਂ ਜਹਾਂਗੀਰ ਬਾਦਸ਼ਾਹ ਦੀ ਉਹ ਵਾਈਫ ਜਾਂ ਬੇਗਮ ਕੌਣ ਸੀ? ਦੇਖੋ, ਮੁਮਤਾਜ਼, ਜਹਾਂਗੀਰ ਨੇ ਕਿਸ ਨਾਲ ਸ਼ਾਦੀ ਕਰਵਾਈ? ਮੁਮਤਾਜ਼ ਨਾਲ, ਅਨਾਰਕਲੀ ਨਾਲ, ਨੂਰ ਜਹਾਂ ਨਾਲ, ਕਿ ਜ਼ੈਨਬ ਨਾਲ? ਬੇਟਾ ਜਹਾਂਗੀਰ ਬਾਦਸ਼ਾਹ ਨੇ ਨੂਰ ਜਹਾਂ, ਠੀਕ ਹੈ, ਯਾਦ ਰੱਖਣਾ ਆਪਸ਼ਨ ਸੀ ਜਿਹੜੀ ਰਾਈਟ ਹੈ, ਜਹਾਂ। ਹੁਣ ਦੇਖੋ, ਜਹਾਂਗੀਰ ਦੇ ਨਾਮ ਅੱਗੇ ਜਹਾਂ ਆਉਂਦਾ, ਔਰ ਉਹਦੀ ਪਤਨੀ ਜਿਹੜੀ ਬੇਗਮ ਜਿਹੜੀ ਉਹਦੇ ਨਾਮ ਦੇ ਐਂਡ ਵਿੱਚ ਜਹਾਂ ਆਉਂਦਾ, ਠੀਕ ਹੈ। ਜਹਾਂਗੀਰ ਦੇ ਸ਼ੁਰੂ ਵਿੱਚ ਜਾਂ ਨਾਮ ਦੇ ਸ਼ੁਰੂ ਵਿੱਚ ਜਹਾਂ ਆਉਂਦਾ, ਔਰ ਉਸਦੀ ਵਾਈਫ ਜਿਹੜੀ ਬੇਗਮ ਆ ਉਹਦੇ ਨਾਮ ਦੇ ਲਾਸਟ ਵਿੱਚ ਜਹਾਂ ਆਉਂਦਾ, ਠੀਕ ਹੈ। ਸੋ ਇੱਥੋਂ ਤੁਸੀਂ ਯਾਦ ਰੱਖਣਾ, ਜਹਾਂਗੀਰ ਦੀ ਪਤਨੀ ਕੌਣ ਆ? ਨੂਰ ਜਹਾਂ, ਜਿਹੜੀ ਆਪਸ਼ਨ ਸੀ ਆ ਉਹ ਰਾਈਟ ਹੈ, ਠੀਕ ਹੈ। ਨੈਕਸਟ ਦੇਖੋ, ਜਹਾਂਗੀਰ ਦੀ ਬੇਗਮ ਨੂਰ ਜਹਾਂ ਕਿਹੋ ਜਿਹੀ ਔਰਤ ਸੀ? ਹੁਣ ਜਹਾਂਗੀਰ ਦੀ ਪਤਨੀ ਕੌਣ ਹੈ? ਨੂਰ ਜਹਾਂ, ਨੂਰ ਜਹਾਂ ਉਹਦੀ ਬੇਗਮ ਹੈ। ਨੂਰ ਜਹਾਂ ਨਾਲ ਸ਼ਾਦੀ ਕੀਤੀ ਸੀ ਜਹਾਂਗੀਰ ਨੇ, ਪਰ ਨੂਰ ਜਹਾਂ ਕਿਹੋ ਜਿਹੀ ਸੀ? ਬੁੱਧੀਮਾਨ ਅਤੇ ਸੁੰਦਰ, ਬੇਵਕੂਫ ਅਤੇ ਬਦਸੂਰਤ,
ਚਲਾਕ ਅਤੇ ਚੁਸਤ ਕਿ ਮੂਰਖ। ਬੇਟਾ ਜਹਾਂਗੀਰ ਦੀ ਜਿਹੜੀ ਪਤਨੀ ਸੀ ਬੇਗਮ ਸੀਗੀ ਨਾ ਨੂਰ ਜਹਾਂ, ਉਹ ਬਹੁਤ ਹੀ ਬੁੱਧੀਮਾਨ ਅਤੇ ਬਹੁਤ ਸੁੰਦਰ ਔਰਤ ਸੀ, ਬਹੁਤ ਬੁੱਧੀਮਾਨ ਸੀਗੀ, ਇੱਕ ਪ੍ਰਤਿਭਾਸ਼ਾਲੀ ਔਰਤ ਸੀਗੀ। ਉਹ ਜਹਾਂਗੀਰ ਦੇ ਨਾਲ ਜਿਹੜਾ ਰਾਜ ਪ੍ਰਬੰਧ ਹੈ, ਉਹਦਾ ਸ਼ਾਸਨ ਪ੍ਰਬੰਧ ਹੈ, ਉਹ ਚਲਾਉਣ ਵਿੱਚ ਜਹਾਂਗੀਰ ਦਾ ਸਾਥ ਵੀ ਦਿੰਦੀ ਸੀ। ਬਹੁਤ ਸਾਰੇ ਫੈਸਲੇ ਜਿਹੜੇ ਹੈ ਜਹਾਂਗੀਰ ਨੂਰ ਜਹਾਂ ਦੀ ਸਹਾਇਤਾ ਨਾਲ ਫੈਸਲੇ ਲੈਂਦਾ ਸੀ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੈ ਨਾ, ਸ਼ਾਸਨ ਪ੍ਰਸ਼ਾਸਨ ਵਿੱਚ ਕੋਈ ਵੀ ਕੰਮ ਸ਼ੁਰੂ ਕਰਨਾ ਤਾਂ ਉਸਨੇ ਆਪਣੀ ਪਤਨੀ ਨੂਰ ਜਹਾਂ ਦੀ ਸਲਾਹ ਜਿਹੜੀ ਜ਼ਰੂਰ ਲੈਣੀ ਹੁੰਦੀ ਸੀ, ਠੀਕ ਹੈ। ਉਹ ਉਸਨੂੰ ਜ਼ਰੂਰ ਉਹਦੀ ਸਲਾਹ ਲੈ ਕੇ ਚੱਲਦਾ ਹੁੰਦਾ ਸੀ। ਕਿਸ ਦੀ? ਨੂਰ ਜਹਾਂ ਦੀ, ਕਿਉਂਕਿ ਉਹ ਬਹੁਤ ਹੀ ਬੁੱਧੀਮਾਨ ਸੀਗੀ, ਠੀਕ ਹੈ। ਕੌਣ? ਉਹਨੂੰ ਵੈਸੇ ਵੀ ਇੰਟਰਸਟ ਸੀਗਾ ਕਿਹਦੇ ਵਿੱਚ? ਰਾਜ, ਉਹਦੇ ਵਿੱਚ ਪ੍ਰਸ਼ਾਸਨ ਦੇ ਵਿੱਚ, ਠੀਕ ਹੈ, ਨੂਰ ਜਹਾਂ ਨੂੰ। ਨੈਕਸਟ ਦੇਖੋ, ਹੁਣ ਬੇਟਾ ਇੱਕ ਕਈ ਵਾਰੀ ਕੁਸਚਨ ਆਉਂਦਾ, ਜਹਾਂਗੀਰ ਨੇ ਨੂਰ ਜਹਾਂ ਨਾਲ ਵਿਆਹ ਕਦੋਂ ਕਰਵਾਇਆ ਸੀ? ਹੁਣ ਉਹਦੀ ਪਤਨੀ ਨੂਰ ਜਹਾਂ, ਸੋ ਜਿਹੜਾ ਜ ਨੋਟ ਕਰ ਲਓ ਬੇਟਾ, ਇਹ ਕੁਸਚਨ ਦੇ ਵਿੱਚ ਹਾਲੇ ਨਹੀਂ ਹੈ, ਤੁਸੀਂ ਨੋਟ ਕਰ ਲਓ। ਜਹਾਂਗੀਰ ਨੇ 1613 ਈਸਵੀ ਦੇ ਵਿੱਚ ਨੂਰ ਜਹਾਂ ਨਾਲ ਸ਼ਾਦੀ ਕਰਵਾਈ ਸੀ, 1613 ਈਸਵੀ ਦੇ ਵਿੱਚ। ਨੈਕਸਟ ਹੈ, ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਬਹੁਤ ਲੰਮਾ ਸਮਾਂ ਬਿਮਾਰ ਰਿਹਾ ਤਾਂ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਕਿਸ ਨੇ ਚਲਾਇਆ ਸੀ? ਹੁਣ ਸਾਨੂੰ ਇੰਨਾ ਕਲੀਅਰ ਹੋ ਗਿਆ ਕਿ ਇੱਕ ਵਾਰੀ ਜਿਹੜਾ ਜਹਾਂਗੀਰ ਬਿਮਾਰ ਹੋ ਗਿਆ ਅਤੇ ਉਹਦਾ ਸ਼ਾਸਨ ਵੀ ਕਿਸੇ ਨੇ ਚਲਾਇਆ ਸੀ। ਹੁਣ ਕਿਹਨੇ ਚਲਾਇਆ ਸੀ? ਦੇਖੋ, ਅਕਬਰ ਨੇ, ਬੀਰਬਲ ਨੇ, ਨੂਰ ਜਹਾਂ ਨੇ ਕਿ ਸ਼ਾਹਜਹਾਂ ਨੇ? ਬੇਟਾ ਅਕਬਰ ਵੀ ਪਹਿਲਾਂ ਹੀ ਮਰ ਚੁੱਕਿਆ ਆ, ਬੀਰਬਲ ਵੀ ਨਹੀਂ ਆ। ਸੋ ਜਿਹੜੀ ਉਸਦੀ ਪਤਨੀ ਹੈ ਨਾ ਨੂਰ, ਜਦੋਂ ਜਹਾਂਗੀਰ ਇੱਕ ਵਾਰੀ ਬਿਮਾਰ ਹੋ ਗਿਆ ਤਾਂ ਉਸਦੀ ਜਿਹੜੀ ਪਤਨੀ ਸੀਗੀ ਨਾ ਨੂਰ ਜਹਾਂ, ਉਸਨੇ ਚਲਾਇਆ ਸੀਗਾ ਸ਼ਾਸਨ, ਠੀਕ ਹੈ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਬੜੀ ਇੱਕ ਪ੍ਰਤਿਭਾਸ਼ਾਲੀ ਬੁੱਧੀਮਾਨ ਔਰਤ ਸੀ। ਜਹਾਂਗੀਰ ਕੋਈ ਵੀ ਫੈਸਲਾ ਲੈਂਦਾ ਸੀ ਤਾਂ ਉਸਦੀ ਸਲਾਹ ਜ਼ਰੂਰ ਲੈਂਦਾ ਹੁੰਦਾ ਸੀ ਨੂਰ ਜਹਾਂ ਦੀ, ਠੀਕ ਹੈ। ਇੱਕ ਵਾਰੀ ਜਿਹੜਾ ਜਹਾਂਗੀਰ ਹੈ ਬੜਾ ਬਿਮਾਰ ਹੋ ਗਿਆ ਤਾਂ ਨੂਰ ਜਹਾਂ ਨੇ ਪੂਰਾ ਸ਼ਾਸਨ ਪ੍ਰਬੰਧ ਚਲਾਇਆ ਸੀ, ਠੀਕ ਹੈ। ਜਿਹੜੇ ਆਪਸ਼ਨ ਸੀ ਆ ਉਹ ਰਾਈਟ ਹੈ। ਜਦੋਂ ਜਹਾਂਗੀਰ ਬੜਾ ਬਿਮਾਰ ਹੋਇਆ ਤਾਂ ਕਿਹਨੇ ਸ਼ਾਸਨ ਚਲਾਇਆ ਸੀ, ਕਿਸ ਨੇ ਸ਼ਾਸਨ ਨੂੰ ਸੰਭਾਲਿਆ ਸੀ? ਉਸਦੀ ਪਤਨੀ ਨੂਰ ਜਹਾਂ ਨੇ, ਠੀਕ ਹੈ। ਨੈਕਸਟ ਦੇਖੋ, ਜਦੋਂ ਨੂਰ ਜਹਾਂ ਨੇ ਸ਼ਾਸਨ ਸੰਭਾਲਿਆ ਸੀ ਤਾਂ ਉਸਨੇ ਕਿਹੜੇ ਸਿੱਕੇ ਜਾਰੀ ਕੀਤੇ ਸਨ? ਜਦੋਂ ਜਹਾਂਗੀਰ ਬਿਮਾਰ ਹੋਇਆ ਤਾਂ ਪੂਰਾ ਸ਼ਾਸਨ ਕਿਹਨੇ ਚਲਾਇਆ ਸੀ, ਕਿਹਨੇ ਸ਼ਾਸਨ ਸੰਭਾਲਿਆ ਸੀ, ਕਿਹਨੇ ਰਾਜਗੱਦੀ ਸੰਭਾਲੀ ਸੀ? ਨੂਰ ਜਹਾਂ ਨੇ। ਸੋ ਨੂਰ ਜਹਾਂ ਨੇ ਸਿੱਕੇ ਵੀ ਚਲਾਏ ਸੀ। ਕਿਹੜੇ ਸਿੱਕੇ ਚਲਾਏ ਸੀ? ਦੇਖੋ, ਜਹਾਂਗੀਰ ਦੇ ਨਾਂ 'ਤੇ, ਜਹਾਂਗੀਰ ਅਤੇ ਨੂਰ ਜਹਾਂ ਦੇ ਨਾਂ 'ਤੇ ਸਾਂਝੇ ਸਿੱਕੇ, ਅਕਬਰ ਦੇ ਨਾਂ 'ਤੇ ਕਿ ਉਪਰੋਕਤ ਸਾਰੇ। ਬੇਟਾ ਨੂਰ ਜਹਾਂ ਨੇ ਜਦੋਂ ਸ਼ਾਸਨ ਸੰਭਾਲਿਆ ਤਾਂ ਸਿੱਕੇ ਚਲਾਏ ਸੀ ਉਸਨੇ ਜਹਾਂਗੀਰ ਅਤੇ ਨੂਰ ਜਹਾਂ ਅਤੇ, ਮਤਲਬ ਕਹਿਣ ਦਾ ਭਾਵ ਕਿ ਆਪਣੇ ਪਤੀ ਅਤੇ ਆਪਣੇ ਨਾਂ ਦੇ ਸਾਂਝੇ ਸਿੱਕੇ ਚਲਾਏ ਸੀਗੇ। ਜਹਾਂਗੀਰ ਅਤੇ ਨੂਰ ਜਹਾਂ ਦੇ ਨਾਮ 'ਤੇ ਸਾਂਝੇ ਸਿੱਕੇ ਚਲਾਏ ਸੀ ਨੂਰ ਜਹਾਂ ਨੇ, ਠੀਕ ਹੈ। ਆਪਸ਼ਨ ਬੀ ਰਾਈਟ ਆਪਸ਼ਨ ਹੈ। ਨੈਕਸਟ ਦੇਖੋ, ਮੁਗਲ ਬਾਦਸ਼ਾਹ ਜਹਾਂਗੀਰ ਦੀ ਮੌਤ ਕਦੋਂ ਹੋਈ? ਹੁਣ 1605 ਵਿੱਚ ਕਿਹਦੀ ਮੌਤ ਹੋਈ ਸੀ? ਅਕਬਰ ਦੀ। ਅਕਬਰ ਦੀ ਮੌਤ ਤੋਂ ਬਾਅਦ ਕੌਣ ਬਣਿਆ ਸੀਗਾ? ਜਹਾਂਗੀਰ। ਹੁਣ ਜਹਾਂਗੀਰ ਦੀ ਮੌਤ ਕਦੋਂ ਹੋਈ? 1605 ਈਸਵੀ ਵਿੱਚ, 1625 ਈਸਵੀ ਵਿੱਚ, 1627 ਈਸਵੀ ਵਿੱਚ ਕਿ 1628 ਈਸਵੀ ਵਿੱਚ? ਬੇਟਾ ਜਿਹੜਾ ਮੁਗਲ ਬਾਦਸ਼ਾਹ ਜਹਾਂਗੀਰ ਹੈ ਉਹ 1627 ਈਸਵੀ ਤੱਕ ਰਾਜਗੱਦੀ 'ਤੇ ਇਸ ਕਰਕੇ ਰਿਹਾ ਕਿਉਂਕਿ 1627 ਵਿੱਚ ਹੀ ਉਹਦੀ ਮੌਤ ਹੋ ਗਈ ਸੀ, ਠੀਕ ਆ। 1605 ਈਸਵੀ ਤੋਂ ਲੈ ਕੇ 1627 ਤੱਕ ਇਹਨੇ ਰਾਜ ਜਿਹੜਾ ਰਾਜ ਕੀਤਾ ਸੀ, ਮੁਗਲ ਬਾਦਸ਼ਾਹ ਰਿਹਾ ਸੀ। 1605 ਵਿੱਚ ਬਾਦਸ਼ਾਹ ਬਣਿਆ ਔਰ 1627 ਈਸਵੀ ਤੱਕ ਰਾਜ ਕੀਤਾ ਕਿਉਂਕਿ 1627 ਈਸਵੀ ਵਿੱਚ ਇਹਦੀ ਮੌਤ ਹੋ ਗਈ ਸੀ। ਇਸ ਕਰਕੇ ਕਿ ਜਿਹੜੀ ਆਪਸ਼ਨ ਸੀ ਆ ਉਹ ਰਾਈਟ ਆਪਸ਼ਨ ਹੈ, ਠੀਕ ਹੈ। ਅੱਜ ਦੀ ਕਲਾਸ ਦਾ ਬੇਟਾ ਲਾਸਟ ਕੁਐਸਚਨ ਹੈ, ਠੀਕ ਹੈ, ਨੋਟ ਕਰ ਲਓ। ਮੁਗਲ ਬਾਦਸ਼ਾਹ ਜਹਾਂਗੀਰ ਦਾ ਉੱਤਰਾਧਿਕਾਰੀ ਕੌਣ ਸੀ? ਸ਼ਾਹਜਹਾਂ, ਬਾਬਰ, ਹੁਮਾਂਜੂ ਕਿ ਔਰੰਗਜ਼ੇਬ?
ਬੇਟਾ ਹਮਾਂਜੂ ਵੀ ਅਕਬਰ ਤਾਂ ਪਹਿਲਾਂ ਸੀ, ਅਕਬਰ ਤੋਂ ਬਾਅਦ ਹਮਾਂਜੂ ਬਣਿਆ, ਠੀਕ ਹੈ। ਸੋ ਜਹਾਂਗੀਰ ਦਾ ਉੱਤਰਾਧਿਕਾਰੀ ਸੀ ਸ਼ਾਹਜਹਾਂ, ਠੀਕ ਹੈ। ਆਪਸ਼ਨ ਜਿਹੜੀ ਈ ਹੈ ਉਹ ਰਾਈਟ ਆਪਸ਼ਨ ਹੋਏਗੀ। ਪਹਿਲਾਂ ਸੀਗਾ ਬਾਬਰ, ਬਾਬਰ ਤੋਂ ਬਾਅਦ ਆਇਆ ਹਮਾਂਜੂ, ਹਮਾਂਜੂ ਤੋਂ ਬਾਅਦ ਅਕਬਰ, ਅਕਬਰ ਤੋਂ ਬਾਅਦ ਜਹਾਂਗੀਰ, ਸੋ ਜਹਾਂਗੀਰ ਤੋਂ ਬਾਅਦ ਬਣਿਆ ਸ਼ਾਹਜਹਾਂ, ਠੀਕ ਹੈ। ਸੋ ਬੇਟਾ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਿਹੜੀ ਕਲਾਸ ਵਧੀਆ ਲੱਗੀ ਹੋਵੇਗੀ। ਕਲਾਸ ਵਧੀਆ ਲੱਗੀ ਹੋਵੇ ਤਾਂ ਬੇਟਾ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਿਆ ਕਰੋ, ਠੀਕ ਹੈ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ MSW Study ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਪ੍ਰੈਸ ਕਰੋ, ਠੀਕ ਹੈ। ਔਰ ਕਲਾਸ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ, ਇੱਕ ਟੀਚਰ ਤੁਹਾਡੇ ਵਾਸਤੇ ਬਹੁਤ ਮਿਹਨਤ ਕਰਦਾ ਬੇਟਾ, ਠੀਕ ਹੈ। ਔਰ ਤੁਸੀਂ ਇੱਕ ਟੱਚ ਦੇ ਨਾਲ ਹੀ ਤੁਸੀਂ ਉਹਨੂੰ ਗੁਰੂ ਦਕਸ਼ਿਣਾ ਦੇ ਦਿਆ ਕਰੋ, ਠੀਕ ਹੈ। ਸੋ ਬੇਟਾ ਅਗਰ ਤੁਸੀਂ PSAT ਪੇਪਰ 1 ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ, ਆਪਣੇ ਮੋਬਾਈਲ ਦੇ ਪਲੇ ਸਟੋਰ ਵਿੱਚੋਂ MSW Study ਐਪ ਨੂੰ ਡਾਊਨਲੋਡ ਕਰ ਲੈਣਾ। ਪੇਡ ਕੋਰਸ ਲੈਣਾ ਚਾਹੁੰਦੇ ਤਾਂ ਤੁਸੀਂ ਸਾਨੂੰ 9878731752 ਨੰਬਰ ਜੋ ਸਕਰੀਨ 'ਤੇ ਸ਼ੋ ਹੋ ਰਿਹਾ ਇਸ ਨੰਬਰ 'ਤੇ ਕੋਲ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਤੁਸੀਂ ਓਪਨ MCQ ਫਰੀ MCQ ਕਰ ਸਕਦੇ ਹੋ, ਠੀਕ ਹੈ। ਵਟਸਐਪ ਗਰੁੱਪ ਨਾਲ ਜੁਆਇਨ ਹੋਣ ਲਈ ਬੇਟਾ ਤੁਸੀਂ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰਨਾ, ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰ ਲਵਾਂਗੇ। ਤੁਸੀਂ ਟੈਲੀਗ੍ਰਾਮ ਚੈਨਲ MSW Study ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ। ਇਨ ਫਿਊਚਰ ਕੋਈ ਵੀ PDF ਨੋਟਸ ਹੈ, ਤੁਹਾਡੇ ਮੋਕ ਟੈਸਟ ਲਏ ਜਾਣੇ ਜਾਂ ਤੁਹਾਨੂੰ ਕੋਈ ਵੀ ਐਗਜ਼ਾਮ ਦੇ ਰਿਗਾਰਡਿੰਗ ਜਾਂ ਓਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਉਹਦੇ ਬਾਰੇ ਜਾਣਕਾਰੀ ਦੇਣੀ, ਤੁਹਾਨੂੰ ਇਨਫੋਰਮੇਸ਼ਨ ਦੇਣੀ, ਉਹ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਇਨਫੋਰਮ ਕੀਤਾ ਜਾਏਗਾ, ਠੀਕ ਹੈ। ਬੇਟਾ MSW Study ਐਪ ਦੇ ਵਿੱਚ ਪੇਡ ਕੋਰਸ ਬਹੁਤ ਹੀ ਘੱਟ ਫੀਸ 'ਤੇ ਕਰਵਾਇਆ ਜਾ ਰਿਹਾ। ਤੁਸੀਂ ਇਹ ਜੋ ਐਪ ਦਿਖਾਈ ਦੇ ਰਿਹਾ ਇਸ ਐਪ ਨੂੰ ਪਲੇ ਸਟੋਰ ਵਿੱਚੋਂ ਡਾਊਨਲੋਡ ਕਰਨਾ। ਅਗਰ ਤੁਸੀਂ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸਿਲੇਬਸ ਕਰਵਾਇਆ ਜਾਏਗਾ CDP ਦਾ। PSAT 1 ਦੇ ਨਾਲ ITT ਕੀਤੀ ਹੋਈ ਤਾਂ ਤਿੰਨ ਸਬਜੈਕਟਾਂ ਦੀ CDP ਪੰਜਾਬੀ ਅਤੇ ਇੰਗਲਿਸ਼ ਦੀ 999 ਰੁਪਏ ਦੇ ਵਿੱਚ ਪੂਰੀ ਤਿਆਰੀ ਕਰਵਾਈ ਜਾਏਗੀ, ਪੂਰਾ ਸਿਲੇਬਸ ਕਰਵਾਇਆ ਜਾਏਗਾ। PSAT 2 ਦੇਣਾ SST ਵਾਲੇ ਸਟੂਡੈਂਟ ਹੋ ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਪੇਪਰ, ਪੂਰਾ ਸਿਲੇਬਸ ਕਰਵਾਇਆ ਜਾਏਗਾ ਡੀਪਲੀ, ਠੀਕ ਹੈ। ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ, ਤੁਹਾਡੇ ਮੋਕ ਟੈਸਟ ਲਏ ਜਾਣੇ, PDF ਨੋਟਸ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ, ਟਾਈਮ ਟੂ ਟਾਈਮ ਤੁਹਾਡੀਆਂ ਲਾਈਵ ਕਲਾਸਾਂ ਵੀ ਹੋਇਆ ਕਰਨਗੀਆਂ। ਔਰ ਇਹ ਜਿਹੜੇ ਪੇਡ ਕੋਰਸ ਐਪ ਦੇ ਵਿੱਚ ਹੈ ਬੇਟਾ, ਇਹਨਾਂ ਦੀ 1 ਸਾਲ ਦੀ ਜਿਹੜੀ ਵੈਲਿਡਿਟੀ ਹੋਵੇਗੀ, ਠੀਕ ਹੈ। ਸੋ ਬੇਟਾ ਤੁਸੀਂ ਪੇਡ ਕੋਰਸ ਵੀ ਲੈ ਸਕਦੇ ਹੋ ਅਗਰ ਤੁਸੀਂ ਡੀਪਲੀ ਤਿਆਰੀ ਕਰਨਾ ਚਾਹੁੰਦੇ ਹੋ। ਸੋ ਬੇਟਾ ਤੁਸੀਂ ਜਿਹੜਾ ਹੈ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ, ਪੇਪਰ ਤੁਹਾਡਾ ਬਹੁਤ ਜਲਦ ਹੋਣ ਜਾ ਰਿਹਾ। ਜਨਵਰੀ ਜਿਹੜਾ ਮਹੀਨਾ ਉਹ ਵੀ ਖਤਮ ਹੋ ਗਿਆ, ਫਰਵਰੀ ਵੀ ਖਤਮ ਹੋਣ 'ਤੇ ਆ ਗਿਆ। ਸੋ ਬੇਟਾ ਹੁਣ ਤੁਸੀਂ ਤਿਆਰੀ ਆਪਣੀ ਸ਼ੁਰੂ ਕਰ ਦਿਓ ਅਗਰ ਸ਼ੁਰੂ ਨਹੀਂ ਕੀਤੀ। ਅਗਰ ਸ਼ੁਰੂ ਕਰ ਚੁੱਕੇ ਹੋ ਤਾਂ ਬੇਟਾ ਤਿਆਰੀ ਤੇਜ਼ ਕਰ ਦਿਓ, ਠੀਕ ਹੈ। ਥੈਂਕ ਯੂ। ਕਲਾਸ ਨੂੰ ਡੇਲੀ ਲਗਾਇਆ ਕਰੋ, ਡੇਲੀ ਜੁੜਿਆ ਕਰੋ, ਠੀਕ ਹੈ ਬੇਟਾ। ਔਰ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ, ਠੀਕ ਹੈ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ। ਥੈਂਕ ਯੂ। ਥੈਂਕਸ ਫੋਰ ਵਾਚਿੰਗ।